ਕਿਉਂ ਨਹੀਂ ਬਣਾ ਦੇ ਤੁਸੀਂ? ਕੋਈ ਗੱਲ ਨੀ ਵੀਰੇ, ਆਪਦੀ ਸਾਈਡ ਤੇ ਲਈ ਆਉਂਦੇ ਸੀਗੇ, ਕਰਨ ਬਸ ਵਧੀਆ ਲੱਗੀ ਆਉਂਦੀ ਸੀ। ਉਹਨੇ ਆਪ ਕਿਤੇ ਮੋਟਰ ਲਾਇਆ ਮੋਟਰਸਾਈਕਲ ਦਾ, ਡਰਾਈਵਰ ਦੀ ਕੋਈ ਗਲਤੀ ਨੀ। ਉਸ ਦਿਨ 5-10 ਮੁੰਡੇ ਵੀ ਜਿਹੜੇ ਉਹਨਾਂ ਕੁੱਟਮਾਰ ਬੜੀ ਕੀਤੀ ਡਰਾਈਵਰਾਂ ਨੇ, ਸਵਾਰੀਆਂ ਨੇ ਕੁੱਟਾਂ ਨੇ। ਕੀ ਹੋਇਆ, ਗੱਡੀ ਦਾ ਅੱਗੇ ਝਗੜਾ ਹੋ ਜਾਂਦਾ ਸੀ, ਇਹ ਡਰਾਈਵਰ ਨੂੰ ਕੁੱਟਮਾਰ ਕਰੀ ਜਾਂਦੇ ਸੀ। ਰਾੜਾ ਸੀ, ਦਸਤੇ ਸੀ ਇਹਨਾਂ ਕੋਲੇ, ਇਹ 8-10 ਜਣੇ ਸੀਗੇ। ਹੁਣ ਕੀ ਹੋਇਆ, ਇਹਨਾਂ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ, ਮੇਰੇ ਵੀ ਵੱਜੀ ਹੱਥ ਤੇ। ਪਰ ਆ ਸਾਰੀਆਂ ਦੁਕਾਨਾਂ ਵਾਲੇ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ, ਇਹ ਕਿਸੇ ਪਾਸੇ ਨਹੀਂ ਆਏ। ਗੱਲ ਪੈ ਗਈ ਉਧਰ, ਦੇਖੋ ਹੁਣ ਸਾਡੇ ਬੰਦਿਆਂ ਦੇ ਫੇਰ ਗੱਲ ਪੈ ਗਈ। ਮੇਰਾ ਨਾਮ ਹਰਜਿੰਦਰ ਸਿੰਘ ਜੀ, ਮੇਰਾ ਡਰਾਈਵਰ ਨੰਬਰ PD 180 ਜੀ। ਮੈਂ ਫਾਜ਼ਿਲਕਾ ਚਿੰਤਪੁਰ ਨਹੀਂ ਆ ਤੋਂ ਵਾਪਸ ਆ ਰਿਹਾ ਸੀ, ਜਾਮ ਲੱਗ ਗਿਆ ਸੀ। ਮੈਂ ਮੋਟਰਸਾਈਕਲ ਨੂੰ ਹਾਰਨ ਮਾਰਿਆ, ਮੈਂ ਵੀਰੇ ਮਾੜਾ ਜਿਹਾ ਲਗਾ ਲਿਆ, ਉਹਨੇ ਮੇਰੇ ਅੱਗੇ ਉਹਨੇ ਦਾਰੂ ਪੀਤੀ, ਉਹਨੇ ਮੇਰੇ ਅੱਗੇ ਬ੍ਰੇਕ ਮਾਰਤੀ, ਮੈਂ ਗੱਡੀ ਕੰਟਰੋਲ ਕਰਕੇ ਰੋਕ ਲਈ ਤੇ ਮੈਨੂੰ ਕਹਿੰਦਾ ਥੱਲੇ ਲੈ। ਮੈਂ ਕਿਹਾ ਯਾਰ ਮੈਂ ਥੱਲੇ ਵੀ ਉਤਰਦਾ, ਸਵਾਰੀਆਂ ਨੇ ਮੈਨੂੰ ਫੜ ਲਿਆ। ਡਰਾਈਵਰ ਸਾਹਿਬ ਆ ਕੇ ਇਹਨਾਂ ਮੈਨੂੰ ਮੇਰਾ ਸ਼ੀਸ਼ਾ ਤੋੜਤਾ। ਮੈਂ ਕਿਹਾ ਯਾਰ ਕੋਈ ਗੱਲ ਨੀ, ਮੈਂ ਥੱਲੇ ਆ ਜਾਣਾ। ਮੈਨੂੰ ਥੱਲੇ ਆ ਕੇ ਬਹੁਤ ਬੜੀ ਨਾਲ ਕੁੱਟਿਆ, ਬਹੁਤ ਜ਼ਿਆਦਾ ਮੈਨੂੰ ਕੁੱਟਿਆ। ਮੇਰਾ ਭਰਾ ਮੈਨੂੰ ਛਡਾਉਣ ਆਇਆ, ਇੱਥੇ ਕੰਮ ਕਰਦਾ ਚੱਲਣ, ਇਹਨੇ ਫਿਰ ਮੈਨੂੰ ਬਹੁਤ ਜ਼ਿਆਦਾ ਮੇਰੇ ਰਾੜਾ ਵੀ ਮਾਰੀਆਂ। ਵੇਖੋ ਮੇਰੇ ਬਹੁਤ ਨਹੀਂ ਜੀ, ਨਹੀਂ ਮੈਂ ਜਾਣਦਾ ਨਹੀਂ ਕਰਦੇ। ਸਾਨੂੰ ਇਨਸਾਫ਼ ਦਿੱਤਾ ਜਾਵੇ ਜੀ ਸਾਨੂੰ, ਕਿਉਂਕਿ ਅਸੀਂ 12 ਮਿੰਟ 3 ਦਿਨ ਔਨ ਡਿਊਟੀ ਰਹਿੰਦੇ ਜੀ। ਭਾਈ ਇਹਨੇ ਹੋਰ ਸਾਡੀ ਬੱਸ ਕੱਢੀ ਹੈ, ਠੀਕ ਹੈ, ਮੇਰਾ ਮੋਟਰਸਾਈਕਲ ਡਿੱਗਦਾ, ਇਹਨੇ ਉੱਤੇ ਬ੍ਰੇਕ ਮਾਰ ਤੇ, ਜੇ ਬ੍ਰੇਕ ਨਾ ਮਾਰਦਾ ਮੇਰੇ ਬੱਸ ਚੜ ਜਾਂਦਾ, ਮੋਟਰਸਾਈਕਲ ਛੱਡ ਕੇ ਫੌਰ ਹੋ ਗਿਆ। ਮੇਰਾ ਮੋਟਰਸਾਈਕਲ ਟੁੱਟਾ ਵਾ, ਇਹਦਾ ਮਤਲਬ ਇਹ ਥੋੜਾ ਵੀਰੇ, ਹਾਂ ਮੇਰਾ ਅਧੀ ਅੱਜ ਮੇਰੇ ਮਵੀਂ ਡਰਾਈਵਰ ਬੰਦਾ, ਹਾਂ ਮਵੀਂ ਸਰਪੰਚ ਦਾ ਡਰਾਈਵਰ ਆ, ਹਾਂ ਇਹਦਾ ਮਤਲਬ ਮੈਂ ਭੰਗਲਾ ਟਰਾਲਾ ਚਲਾਣਾ, ਇਹਦਾ ਮਤਲਬ ਹੈ ਨਹੀਂ। ਨੁਕਸਾਨ ਦੇ ਦੇਣਾ, ਇਹਨੇ ਉਦੋਂ ਐਵੇਂ ਕੁਛ ਨੀ ਕਹਿੰਦੀ, ਇਹਨੇ ਮੇਰੇ ਭੈਣ ਦੀ ਗੱਲ ਕੱਢੀ ਹੈ, ਕਹਿੰਦਾ ਤੁਰਕੇ ਖੜੇ, ਕਹਿੰਦਾ ਤੁਰਕੇ ਖੜ ਪਾਸ ਗਏ। ਸਾਨੂੰ ਤਾਂ ਥਾਣੇ ਕੋਲ ਗਈ ਹੈ ਵੀ ਟਵਾਣੇ ਪਿੰਡ ਦੇ ਉੱਤੇ ਮੋੜ ਤੇ ਲੜਾਈ ਹੋ ਰਹੀ ਹੈ। ਅਸੀਂ ਉੱਥੇ ਪੁੱਜੇ ਹਾਂ, ਜਿਹੜੇ ਬੰਦੇ ਨੇ ਲੜਾਈ ਕਰੀ ਹੈ ਉਸ ਬੰਦੇ ਨੂੰ ਅਸੀਂ ਥਾਣੇ ਲੈ ਕੇ ਜਾ ਰਹੇ। ਕਾਰਨ ਅਜੇ ਕਾਰਨ ਕੋਈ ਪਛਾਣ ਨਹੀਂ ਲੱਗ ਰਿਹਾ। ਕੁੱਟਮਾਰ ਕੀਤੀ ਆ ਡਰਾਈਵਰ ਦੀ, ਚਲਦੀ ਗੱਡੀ ਦੇ ਵਿੱਚ ਸ਼ੀਸ਼ੇ ਭੰਨੇ ਇਹਨਾਂ ਨੇ, ਜੋ ਕਾਰਵਾਈ ਬਣੂਗੀ ਉਹ ਕੀਤੀ ਜਾਊਗੀ।